ਜੀ ਬੋਰਡਿੰਗ ਹੋ ਗਈ ਹੈ ਤੇ ਆਪਾਂ ਬਹਿ ਗਏ ਆ 에ਅਰ ਇੰਡੀਆ ਦੇ ਵਿੱਚ ਤੇ ਜਹਾਜ਼ ਦੇ ਵਿੱਚ ਤੇਲ ਭਰਦੇ ਪਏ ਨੇ ਕਹਿ ਰਹੇ ਨੇ ਅਨਾਉਂਸ ਕੀਤਾ ਇਹਨਾਂ ਨੇ ਤੇ ਯਾਤਰੀ ਆਪਣੀ ਸੀਟ ਤੇ ਬੈਠੇ ਰਹਿਣ ਤੇ ਚਲੋ ਆਪਾਂ ਫਤਿਹ ਨੂੰ ਪੁੱਛਨੇ ਆ ਫਤਿਹ ਬੜਾ ਐਕਸਾਈਟਿਡ ਆ ਫਤਿਹ ਕਿੱਥੇ ਚੱਲੇ ਆ ਇੰਡੀਆ ਤੇ ਇੰਡੀਆ ਕੌਣ ਹੈ ਐਸ਼ ਐਸ਼ ਨਾਲ ਖੇਡਣਾ ਤੂੰ ਉੱਥੇ ਇੱਕ ਜੋਤੂ ਵੀ ਹੈ ਉੱਥੇ ਇੱਕ ਬੀਬੀ ਵੀ ਹੈ ਇੱਕ ਉੱਥੇ ਚਾਚੀ ਇੱਕ ਚਾਚਾ ਤੇ ਇੱਕ ਮਾਸੀ ਤੇ ਨਾਨੇ ਤੇ ਸਾਰੇ ਆ ਗਏ ਇਟਲੀ ਤੇ ਉਹ ਪਰਾਂ ਕੌਣ ਬੈਠੇ ਨੇ ਤੇ ਅਸੀਸ ਕਿਹੜੀ ਹੈ ਉਹ ਫੈਂਸਟਰ ਦੇ ਕੋਲ ਬੈਠੀ ਜਿਹੜੀ ਖਿੜਕੀ ਦੇ ਕੋਲ ਉਹਨੂੰ ਸੋਹਣੀ ਸੀਟ ਮਿਲੀ ਅਸੀਸ ਫਤਿਹ ਕਹਿੰਦਾ ਤੈਨੂੰ ਸੋਹਣੀ ਸੀਟ ਮਿਲੀ ਹੈ ਹਾਂ ਵੇਲਾ ਜੈਲਸ ਹੁੰਦਾ ਪਿਆ ਕਹਿੰਦਾ ਮੈਨੂੰ ਸੋਹਣੀ ਸੀਟ ਨਹੀਂ ਮਿਲੀ ਆਪਾਂ ਫਤਿਹ ਨੂੰ ਨਾ ਫਤਿਹ ਨੂੰ ਟੀਵੀ ਮਿਲ ਗਿਆ ਫਤਿਹ ਨੂੰ ਆਪਾਂ ਲਾਣਾ ਸ਼ਪੀਲ ਬੱਚਿਆਂ ਵਾਲੀ ਫਿਲਮ ਲਾ ਦਾਂਗੇ ਹੈ ਨਾ ਉਹਨਾਂ ਦੁਕਾਨ ਸੌਖ ਸ਼ਪੀਲ ਪਤਾ ਨਹੀਂ ਮੈਂ ਵੇਖ ਕੇ ਦੱਸਾਂਗਾ ਮੈਨੂੰ ਆਪ ਨਹੀਂ ਪਤਾ ਇੱਕ ਟਾਈਮ ਹੁੰਦਾ ਸੀ ਅਸੀਂ ਵੀ ਵਿੰਡੋ ਸੀਟ ਕਹਿ ਕੇ ਕਰਾਉਂਦੇ ਹੁੰਦੇ ਸੀ ਅਤੇ ਅੱਜ ਕੱਲ੍ਹ ਚਲੋ ਆਪਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਬਹਿ ਜਾਈਏ ਬੱਚਿਆਂ ਦਾ ਫਿਰ ਵੀ ਨਾ ਚਾਅ ਆ ਅਤੇ ਬੱਚਿਆਂ ਨੂੰ ਐਕਚੁਅਲੀ 'ਚ ਇਸ ਵਾਰੀ ਇਹਨਾਂ ਨੂੰ ਥੋੜ੍ਹੀ ਜਿਹੀ ਹੋਸ਼ ਆ ਪਿਛਲੀ ਵਾਰੀ ਆ ਫਤਿਹ ਬਿਲਕੁਲ ਛੋਟਾ ਸੀਗਾ ਇਹਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਗਿਆ ਆ ਅਤੇ ਹੁਣ ਜਾ ਰਿਹਾ ਆ ਫਤਿਹ ਬੈਲਟ ਵੀ ਲਾ ਲਈ ਆਪੇ ਹੀ ਵਾਹ ਚਲੋ ਜੀ ਮਿਲਦੇ ਹਾਂ ਜੀ ਫਿਰ ਇੰਡੀਆ ਆ ਕੇ ਸਤਿ ਸ਼੍ਰੀ ਅਕਾਲ ਜੀ ਸਰ